ਇਦਕੋ ਸੜਾ ਬੈਂਕਾਂ ਦਾ ਵਿਆਜ ਵੀ ਚੱਲ ਰਿਹਾ ਹੈਗਾ ਕਿਸੇ ਨੇ 25 ਲੱਖ ਲੇਤਾ ਹੈ ਕਿੰਨੇ 10 ਲੱਖ ਲੇਤਾ ਹੈ ਗਵਰਨਮੈਂਟ ਖੁਦ ਬਾਜ਼ਾਰ ਬੰਦ ਕਰ ਰਹੀ ਹੈ ਤੋ ਘੜ ਤੋ ਘੜ ਉਹਨਾਂ ਦਾ ਜਿਹੜਾ ਕਰਜ਼ਾ ਜਿੰਨੀ ਦੇ ਬਾਜ਼ਾਰ ਬੰਦ ਉਹਨਾਂ ਦੇ ਤੱਕ ਕਰਜ਼ਾ ਤੇ ਨਾ ਲਓ ਇੰਨੀ ਤੇ ਸਮਝ ਚਾਹੀਦੀ ਹੈ ਮੋਦੀ ਸਾਹਿਬ ਨੂੰ ਬਿਲਕੁਲ ਬਿਲਕੁਲ ਅਜਾ ਹਾਲ ਸਥਿਤੀ ਹੈਗੀ ਹੈ ਕਿ ਕੋਰੋਨਾ ਲੋਕ ਸਰ ਲੋਕਾਂ ਕੋਲ ਰਸ ਨਹੀਂ ਹੈਗਾ ਲੋਕਾਂ ਕੋਲ ਪੈਸਾ ਨਹੀਂ ਹੈਗਾ ਇਹ ਲੋਕਾਂ ਕੋਲ ਪੈਸਾ ਖੋਏਗਾ ਹੀ ਨਹੀਂ ਤੇ ਅ ਗ੍ਰੋਸਰੀ ਮੈਡੀਸਨ ਹੋਰ ਦੁੱਧ ਕਿ ਤੋਂ ਲਗੇ ਕਰੋਨਾ ਵਾਇਰਸ ਦੇ ਵਾਧਰੇ ਮਰੀਜ਼ਾਂ ਨੂੰ ਦੇਖਦੇ ਹੋਏ ਪੰਜਾਬ ਅਤੇ ਹੋਰਨਾਂ ਰਾਜਾਂ ਵਿੱਚ ਮਿਨੀ ਲੋਕਡਾਊਨ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਦਿੱਲੀ ਦੇ ਮੁੱਖ ਮੰਤਰੀ ਕੇ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਫੈਸਲਾ ਲਿਆ ਗਿਆ ਜਿਸ ਵਿੱਚ ਕਰੀਬ ਉਹਨਾਂ ਦੇ ਜਿੰਨੇ ਸ਼ਹਿਰ ਦੇ ਲੋਕ ਨੇ ਉਹਨਾਂ ਨੂੰ ਰਾਸ਼ਨ ਫਰੀ ਦਿੱਤਾ ਜਾਵੇਗਾ ਅਤੇ ਆਟੋ ਵਾਲਿਆਂ ਨੂੰ ਅਤੇ ਟੈਕਸੀ ਡਰਾਈਵਰਾਂ ਨੂੰ 5-5 ਹਜ਼ਾਰ ਰੁਪਏ ਪਤਾ ਦਿੱਤਾ ਜਾਵੇਗਾ ਅੰਮ੍ਰਿਤਸਰ 'ਚ ਮੌਜੂਦ ਹਾਂ ਅਸ਼ੋਕ ਤਲਵਾਰ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨੇ ਆ ਤਲਵਾਰ ਸਾਹਿਬ ਜੋ ਅਰਵਿੰਦ ਕੇਜਰੀਵਾਲ ਉਹ ਨਾਮ ਵੱਲੋਂ ਇੱਕ ਫੈਸਲਾ ਲਿੱਤਾ ਗਿਆ ਕਿ ਇਸ ਤਰ੍ਹਾਂ ਵੇਖ ਦਿਓ ਇਸ ਤਰ੍ਹਾਂ ਦੇ ਫੈਸਲੇ ਨੂੰ ਔਰ ਕੀ ਸਿੱਖ ਲੈਣੀ ਚਾਹੀਦੀ ਹੈ ਹੋਰ ਜਿਹੜੇ ਜਿਹੜੇ ਵੱਖਰੇ ਰਾਜ ਹੈਗੇ ਉਹਨਾਂ ਨੂੰ ਕੀ ਸਿੱਖ ਲੈਣੀ ਚਾਹੀਦੀ ਹੈ ਦੇਖੋ ਅਸਲੇ ਬਹੁਤ ਕਰੋਨਾ ਵਾਇਰਸ ਦਾ ਸਮਾਂ ਬਹੁਤ ਹੀ ਭਿਆਨਕ ਚੱਲ ਰਿਹਾ ਹੈਗਾ ਲੋਕ ਅੱਜ ਵੀ ਮੈਂ ਕਾਫੀ ਲੋਕਾਂ ਚ ਮਿਲੇ ਆ ਪਰਿਵਾਰਾਂ ਜਾ ਕੇ ਮਿਲੇ ਆ ਉਹਨਾਂ ਨੂੰ ਤੇ ਲੋਕ ਬਹੁਤ ਮੁਸ਼ਕਿਲ ਚ ਨੇ ਲੋਕ ਤੇ ਇੱਥੋਂ ਤਾਂ ਕਹਿ ਰਹੇ ਕਿ ਬਾਜ਼ਾਰ ਖੁਲਾਓ ਲੋਕਲ ਤੇ ਬਿਲਕੁਲ ਆਪਣਾ ਲਾਸਟ ਈਅਰ ਉਹਨਾਂ ਨੇ ਬਹੁਤ ਬੁਰੀ ਤਰ੍ਹਾਂ ਚੱਲਿਆ ਔਰ ਐਸੇ ਵੇਲੇ ਲੋਕਾਂ ਕੋਲ ਪੈਸੇ ਨਹੀਂ ਹੋਗੇ ਲੋਕਾਂ ਨਾ ਕਾਰੋਬਾਰ ਹੈ ਸਰਕਾਰ ਲੋਕਡਾਊਨ ਕਰ ਰਹੀ ਹੈਗੀ ਇਹ ਔਰ ਲੋਕ ਇੱਕ ਅਜਿਹੀ ਸਮੱਸਿਆ ਮੇਰੇ ਕੋਲ ਰੱਖ ਰਿਹਾਗੇ ਸੀ ਕਿ ਦੇਖੋ ਸਾਡਾ ਬੈਂਕਾਂ ਦਾ ਵਿਆਜ ਵੀ ਚੱਲ ਰਿਹਾ ਹੈਗਾ ਕਿਸੇ ਨੇ 25 ਲੱਖ ਲੈਂਦਾ ਹੈ ਕਹਿੰਦੇ 10 ਲੱਖ ਲੈਂਦਾ ਗਵਰਨਮੈਂਟ ਖੁਦ ਬਾਜ਼ਾਰ ਬੰਦ ਕਰ ਰਹੀ ਹੈ ਤਾਂ ਘੜ ਤੋਂ ਘੜ ਉਹਨਾਂ ਦਾ ਜਿਹੜਾ ਕਰਜ਼ਾ ਜਿੰਨੀ ਦੇਰ ਬਾਜ਼ਾਰ ਬੰਦ ਉਹਨਾਂ ਦੇ ਤੱਕ ਕਰਜ਼ਾ ਤੇ ਨਾ ਲਓ ਇੰਨੀ ਤੇ ਸਮਝ ਚਾਹੀਦੀ ਹੈ ਮੋਦੀ ਸਾਹਿਬ ਨੂੰ ਦੂਸਰੇ ਪਾਸੇ ਕੇਜਰੀਵਾ ਸਾਹਮਣੇ ਲੋਕਾਂ ਦਾ ਦਰਦ ਦੇਖਦੇ ਹੋਏ ਲੋਕਾਂ ਦਾ ਦੇਖਦੇ ਹੋਏ ਕਿ ਲੋਕਾਂ ਪਿਛਲੇ ਤੱਕ ਦੇ ਲੋਕ ਬਸ ਇਹ ਲੋਕ ਸਾਡੇ ਟੈਕਸੀ ਭਰਾ ਇਸ ਤਰ੍ਹਾਂ ਗੁਜ਼ਾਰਾ ਕਰਨਗੇ ਉਹਨਾਂ ਨੇ ਆਪ ਅੱਗੇ ਆਏ ਔਰ ਖੁਦ ਐਲਾਨ ਕੀਤਾ ਹੈ ਕਿ 72 ਲੱਖ ਪਰਿਵਾਰਾਂ ਨੂੰ 2 ਮਹੀਨੇ ਤੱਕ ਫ੍ਰੀ ਅਸੀਂ ਰਾਸ਼ਨ ਦਿੱਲੀ ਦੇ ਲੋਕਾਂ ਨੂੰ ਦਵਾਂਗੇ 72 ਲੱਖ ਲੋਕਾਂ ਨੂੰ ਪਰਿਵਾਰਾਂ ਨੂੰ ਫਾਇਦਾ ਹੋਣ ਵਾਲਾ ਸਿੱਧੇ ਤੌਰ ਤੇ ਇਹਦਾ ਉਹ ਦੂਸਰੇ ਪਾਸੇ ਨਾਲੀ ਉਹਨਾਂ ਨੇ 155000 ਟੈਕਸੀ ਡਰਾਈਵਰ ਨੇ ਦਿੱਲੀ ਦੇ ਵਿੱਚ ਆਟੋ ਵਾਲੇ ਟੈਕਸੀਸ ਵਾਲੇ ਸਾਰੇ ਮਿਲਾ ਲਈਏ 156000 ਦੇ ਕਰੀਬ ਨੇ ਉਹਨਾਂ ਨੂੰ ਵੀ ਐਲਾਨ ਕਰ ਦਿੱਤਾ ਕਿ 5000 ਰੁਪਿਆ 2 ਮਹੀਨੇ ਵਾਸਤੇ ਅਸੀਂ ਆਰਥਿਕ ਸਹਾਇਤਾ ਦਵਾਗੇ ਪੰਜਾਬ ਸਰਕਾਰ ਮੰਗਰ ਨੇ ਕਿਹਾ ਕਿ ਬਸੇਵਾ 1 ਜੂਨ ਤੋਂ ਲਾਗੂ ਕਰਾਂਗੇ ਪੈਨਸ਼ਨ ਉਦੋਂ ਲਾਗੂ ਕਰਾਂਗੇ ਜੋ ਵੀ ਹੈ ਤਤਕਾਲ ਹੈ ਸਰ ਤਤਕਾਲ ਹੈ ਲੋਕਾਂ ਦਾ ਆ ਦਰਦ ਹੁੰਦਾ ਆ ਦਰਦ ਢਿੱਕਣ ਵਾਲੀ ਸਰਕਾਰ ਹੈ ਸਾਡੇ ਸੀਐਮ ਅਰਵਿੰਦਜੀਤ ਦਿੱਤੀ ਆਗੇ ਉਹ ਮੈਂ ਨਹੀਂ ਸੋਚ ਸਕਦਾ ਮੇਰੀ ਲੋਕ ਦੁਖੀ ਨੇ ਉਹਨਾਂ ਇਸੇ ਲਵਣੀ ਜਿਹੜੇ ਵੀ ਲੋਕ ਮੈਂ ਤੁਹਾਨੂੰ ਇਸ ਤੋਂ ਵੀ ਵੱਧ ਦੱਸਦਾ ਜਿਹੜੇ ਵੀ ਕਰੋਨਾ ਨਾਲ ਮਜ਼ਦੂਰ ਔਰ ਕੋਈ ਐਸਾ ਵਿਅਕਤੀ ਜਿਹੜਾ ਦਿਹਾੜੀ ਦਾੜ ਹੈਗਾ ਸੀ ਕਰੋਨਾ ਨਾਲ ਪੀੜਿਤ ਹੋ ਕੇ ਹਸਪੀਟਲ ਚ ਲਾ ਗਿਆ ਅਸੀਂ ਅਰਵਿੰਦ ਜੀ ਨੇ ਹੁਣਾਂ ਦੀ ਵੀ 5000 ਦੀ ਮਦਦ ਕਰ ਰਹੀ ਹੈ ਉਹ ਐਡੀਸ਼ਨਲ ਹੈ ਜਿੱਥੇ ਤੱਕ ਪੰਜਾਬ ਦੇ ਸਰਕਾਰ ਦੇ ਦੇਖਾ ਬਿਲਕੁਲ ਸਵੈਧਨਹੀਨ ਗਵਰਨਮੈਂਟ ਹੈ ਹੋ ਰਾਜ ਸਰਕਾਰਾਂ ਵੀ ਬਿਲਕੁਲ ਸਵੈਧਨਹੀਨ ਹੈ ਮੈਂ ਤੇ ਕਵਾਂਗਾ ਇੱਥੇ ਕੋਈ ਪੋਲਿਟਿਕਸ ਦਾ ਮਿਲਣ ਨਹੀਂ ਹੈਗਾ ਸਾਰੀਆਂ ਪਾਰਟੀਆਂ ਨੂੰ ਦੇਖੋ ਅਸੀਂ ਜੇ ਦੇ ਰਹੇ ਹਾਂ 72 ਲੱਖ ਲੋਕਾਂ ਨੂੰ ਰਾਸ਼ਨ ਉਹ ਸਾਰੇ ਆਮ ਆਦਮੀ ਪਾਰਟੀ ਦੇ ਨਹੀਂ ਕਾਂਗਰਸ ਦੇ ਵੀ ਹੈ ਭਾਜੀਪੀ ਦੇ ਵੀ ਹੈ ਟੈਕਸੀ ਵਾਲਿਆਂ ਨੂੰ ਸੀ ਦੇ ਰਹੇ 156000 ਹਜ਼ਾਰ ਬੰਦਿਆਂ ਨੂੰ 5000 ਰੁਪਏ ਦੇ ਰਹੇ ਆ ਖੋਦੇ ਵਿੱਚ ਵੀ ਅਸੀਂ ਨਹੀਂ ਦੇਖਿਆ ਕਿ ਅਸੀਂ ਬੀਜਪੀ ਦੀ ਮਦਦ ਕਰ ਰਹੇ ਆ ਕਾਂਗਰਸ ਅਸੇ ਸਾਰਿਆਂ ਨੂੰ ਦੇ ਦਿੱਤਾ ਤੇ ਮੈਂ ਆ ਪਾਰਟੀ ਦਾ ਪ੍ਰਸ਼ੰਨ ਨਹੀਂ ਆ ਮੈਂ ਜਿੰਨੀਆਂ ਵੀ ਸਟੇਟ ਗਵਰਨਮੈਂਟ ਹੈ ਉਹਨਾਂ ਨੂੰ ਵੀ ਕਵਾਂਗਾ ਅੱਗੇ ਆਓ ਅੱਗੇ ਆ ਕੇ ਜਿੰਦੀ ਬਹੁਤ ਮੁਸ਼ਕਿਲ ਦੌਰ ਹੈ ਲੋਕਾਂ ਕੋਲ ਪੈਸਾ ਨਹੀਂ ਹੈ ਕਈ ਮੀਡਲ ਕਲਾਸ ਐਸੇ ਹੈ ਉਹ ਕਪੜੇ ਪਾਈ ਉਹਨਾਂ ਦੇ ਠੀਕ ਲੱਗਦੇ ਆ ਦੇਖੀ ਜੀਬ 'ਚ ਪੈਸਾ ਨਹੀਂ ਹੈ ਇੱਕ ਦੋ ਇੱਕ ਤਾਂ ਉਧਾਰ ਮੰਗ ਕੇ ਐਸੇ ਲੈ ਆਪਨਾ ਕਰਦਾ ਗੁਜ਼ਾਰਾ ਚਲਾ ਰਿਹਾ ਹੈ ਘਰ ਤੋਂ ਘਟੂ ਗੱਲ ਕਰ ਰਹੀ ਹੈ ਕਿ ਸਾਡਾ ਜਿਹੜੀਆਂ ਦੁਕਾਨਾਂ ਸਾਡੀਆਂ ਖੁੱਲੀਆਂ ਐ ਸ਼ੋਰੂਮ ਅੱਜ ਆਹੀ ਮੇਰੀ ਦੋ ਤਿੰਨ ਜਗ੍ਹਾ ਮੀਟਿੰਗਸ ਹੋਈਆਂ ਉਹ ਕਹਿੰਦੇ ਸਾਡੇ ਸ਼ੋਰੂਮ ਬੰਦ ਹੋ ਗਏ ਚਲ ਵਾਟ ਹੁਣ ਅਸੀਂ ਬਿਜਲੀ ਦਾ ਬਿੱਲ ਸਾਡੇ ਤੇ ਪੈਣਾ ਹੈ ਮਿਨੀਮਮ ਬਿੱਲ ਪੈਣਾ ਹੈ ਤੇ ਮੈਂ ਸੈਂਟਰ ਗਵਰਨਮੈਂਟ ਨੂੰ ਕਵਾਂਗਾ ਦੁਕਾਨਾਂ ਸ਼ੋਰੂਮ ਦੇ ਬਿੱਲ ਬੰਦ ਕਰਨ ਉਹ ਚਿੰਦੀ ਦੇ ਲੋਕਡਾਊਨ ਆ 19 ਦਿਨ ਦਾ ਨਾ ਲਿਆ ਜਾਵੇ ਔਰ ਜਿਹਨੇ ਜੋ ਵੀ ਕਰਜ਼ਾ ਲਿੱਤਾ ਹੈ ਕਿਉਂਕਿ ਬਾਜ਼ਾਰ ਬੰਦ ਹੈ ਉਹ ਵੀ ਕਰਜਾ ਮਾਫ ਕਰਨਾ ਆ ਸੈਂਟਰ ਗਵਰਨਮੈਂਟ ਦੇ ਹੱਥ ਹੈ ਜੇ ਸਰ ਕਿਤੇ ਸਟੇਟ ਗਵਰਨਮੈਂਟ ਦੇ ਦਿੱਲੀ ਚ ਸਾਡੇ ਕੋਲ ਹੁੰਦਾ ਤੇ ਅਸੀਂ ਦਿੱਲੀ ਆ ਵੀ ਕਰ ਦੇਣਾ ਸੀ ਤੋ ਸਰਕਾਰਾਂ ਨੂੰ ਦੂਜਿਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਵੀ ਅੱਗੇ ਆ ਕੇ ਖੁੱਲ ਕੇ ਮਦਦ ਚਾਹੀਦੀ ਹੈ ਕੈਪਟਨ ਸਾਹਿਬ ਕਿਉਂਕਿ ਮੈਂ ਪੰਜਾਬ ਤੋਂ ਹਾਂ ਮੈਂ ਤੇ ਕੈਪਟਨ ਸਾਹਿਬ ਨੂੰ ਕਵਾਂਗਾ ਕਿ ਅਰਵਿੰਦ ਜੀ ਨੇ ਪਹਿਲ ਕਰ ਦਿੱਤੀ ਕੈਪਟਨ ਸਾਹਿਬ ਤੁਸੀਂ ਪੰਜਾਬ ਵਾਸਤੇ ਪਹਿਲ ਕਰੋ ਕਿਹਾ ਲੱਗਦਾ ਨਹੀਂ ਕਿ ਕਿਤੇ ਉਹ ਨਾ ਹੋਵੇ ਕਿ ਕੋਰੋਨਾ ਵਾਇਰਸ ਤੋਂ ਬਚਾਉਂਦੇ-ਬਚਾਉਂਦੇ ਲੋਕ ਭੁੱਖਮਰੀ ਦਾ ਸ਼ਿਕਾਰ ਨਾ ਹੋ ਜਾਣ ਕਿਤੇ ਬਿਲਕੁਲ ਬਿਲਕੁਲ ਅੱਜ ਆਹ ਸਥਿਤੀ ਹੈ ਕਿ ਕੋਰੋਨਾ ਲੋਕ ਸਰ ਲੋਕਾਂ ਕੋਲ ਰਸ ਨਹੀਂ ਹੈਗਾ ਲੋਕਾਂ ਕੋਲ ਪੈਸਾ ਨਹੀਂ ਹੈਗਾ ਜੇ ਲੋਕਾਂ ਕੋਲ ਪੈਸਾ ਹੋਏਗਾ ਹੀ ਨਹੀਂ ਤੇ ਆ ਗਰੋਸਰੀ ਮੈਡੀਸਨ ਹੋਰ ਦੁੱਧ ਕਿਥੋਂ ਲੈਣਗੇ ਲੋਕਾਂ ਕੋਲ ਪੈਸਾ ਨਹੀਂ ਹੈ ਸਰਕਾਰਾਂ ਨੂੰ ਅੱਗੇ ਆਉਣਾ ਚਾਹੀਦਾ ਜਿੰਦੀ ਮਦਦ ਕੀਤੀ ਜਾਏ ਮਦਦ ਕਰਨ ਨੂੰ ਨਾ ਦੇ ਕਿਰਮਾਨ ਸਰ ਜੇਕਰ ਗੱਲ ਕੀਤੀ ਜਾਵੇ ਪਿਛਲੇ ਸਾਲ ਦੀ ਤੇ ਬਹੁਤ ਸਾਰੇ ਐਨ ਜੀਓਜ਼ ਇਦਾਂ ਦੀਆਂ ਸੀਗੀਆਂ ਜਿਨ੍ਹਾਂ ਵੱਲੋਂ ਮਦਦ ਵੀ ਕੀਤੀ ਗਈ ਕੀ ਲੱਗਦਾ ਕਿ ਹੁਣ ਉਹਨਾਂ ਕੋ ਵੀ ਇੰਨਾ ਫੰਡ ਨਹੀਂ ਹੈਗਾ ਜਿਤੇ ਕਰਕੇ ਜਿਹੜਾ ਆ ਲੋਕਾਂ ਦੀ ਮਦਦ ਨਹੀਂ ਕੀਤੀ ਜਾ ਸਕਦੀ ਆ ਬਿਲਕੁਲ ਨਹੀਂ ਹੈਗਾ ਤੁਹਾਡੀ ਗੱਲ ਠੀਕ ਹੈ ਅੱਜ ਵੀ ਮੇਰੀ ਦੋ ਤਿੰਨ ਐਨ ਜੀਓਸ ਨਾਲ ਗੱਲ ਹੋਈ ਹੈ ਮੈਂ ਕੱਲ ਵੀ ਗੱਲ ਕਰ ਰਹੇ ਹਾਂਗਾ ਇੱਕ ਕਮਨ ਪਲੇਟਫਾਰਮ ਬਣਾ ਰਹੇ ਹਾਂਗੇ ਕਿ ਸਾਰੇ ਜਿੰਨੇ ਐਨ ਜੀਓਸ ਹੈ ਚਲੋ ਇੱਕ ਪਲੇਟਫਾਰਮ ਤੇ ਆ ਜਿੰਨੀ ਮਦਦ ਕੀਤੀ ਜਾ ਸਕਦੀ ਹੈ ਅਸੀਂ ਉਹਦੇ ਚ ਆਮ ਆਨਵੀ ਪਾਰਟੀ ਦੇ ਵੀ ਵਲੰਟੀਅਰ ਜਿੰਨਾ ਕੋਈ ਯੋਗਦਾਨ ਦੇਣਗੇ ਦਵਾਂਗੇ ਅਸੀਂ ਸਮਾਜ ਵਾਸਤੇ ਹੈਗੇ ਹਾਂ ਅਸੀਂ ਕਰਾਂਗੇ ਅਸੀਂ ਬਾਕੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਹਰ ਵਿਅਕਤੀ ਨੂੰ ਅਪੀਲ ਕਰਦਾ ਹੈ ਕਿ ਜਿਹੜਾ ਵੀ ਤੁਹਾਡੇ ਨਜ਼ਦੀਕ ਕੋਈ ਵਿਅਕਤੀ ਜਿਸ ਨੂੰ ਲੋੜ ਹੈ ਰਾਸ਼ਨ ਦੀ ਦੁੱਧ ਦੀ ਜੋ ਵੀ ਇੱਕ ਇੱਕ ਵਿਅਕਤੀ ਜੋ ਮੇਵਰੀ ਲਵੇ ਜੋ ਕਰ ਸਕੇ ਹਰ ਵਿਅਕਤੀ ਵਾਸਤੇ ਕਰੇ ਤੇ ਮੈਂ ਜੁਨਸ ਨੂੰ ਅਪੀਲ ਕਰਦਾ ਬਿਲਕੁਲ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ ਇਸ ਲਈ ਬਹੁਤ ਜਿਹੜਾ ਸਮਾਂ ਅੱਛਾ ਨਹੀਂ ਹੈਗਾ ਲੋਕਾਂ ਦਾ ਧੈਰੇ ਬਿਲਕੁਲ ਜਵਾਬ ਦੇ ਰਿਹਾ ਬਿਲਕੁਲ ਜਵਾਬ ਦੇ ਰਿਹਾ ਲੇਕਿਨ ਸਰਬਾਰ ਸਾਹਿਬ ਜਦੋਂ ਇੱਕ ਵਾਰ ਅਰਵਿੰਦ ਕੇਜੇਵਾਲ ਹੁਣਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋ ਕਿਆ ਗਿਆ ਸੀਗਾ ਕਿ ਦਿੱਲੀ ਦੀ ਜਿਹੜੀ ਸਥਿਤੀ ਬੜੀ ਖਰਾਬ ਆ ਉਦੋਂ ਲੋਕਾਂ ਨੇ ਬੜੇ ਤੰਜ ਕੱਸੇ ਸੀਗੇ ਉਹ ਕਹਿੰਦੇ ਕਿ ਜੇ ਦਿੱਲੀ ਦੇ ਮੁੱਖ ਮੰਤਰੀ ਕੁਝ ਕਰ ਨਹੀਂ ਸਕਦਾ ਤੇ ਇਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਬਣਦਾ ਹੱਕ ਹੀ ਕੋਈ ਨਹੀਂ ਸੀਗਾ। ਕਿਆ ਲੱਗਦਾ ਕਿ ਉਸ ਤੋਂ ਬਾਅਦ ਇੱਕ ਮਾਫੀ ਵੀ ਮੰਗੀ ਗਈ ਕੀ ਲਾਈਵ ਕੀਤਾ ਗਿਆ ਉਹ ਚ ਮਾਫੀ ਮੰਗੀ ਗਈ। ਕੀ ਉਹਨਾਂ ਦਾ ਦਰਿਆ ਦਿਲ ਹੈ ਇਹਨੂੰ ਸਮਝਦੇ ਹੋ ਕਿ ਜਾਂ ਤੁਸੀਂ ਸਮਝਦੇ ਹੋ ਕਿ ਉਹ ਨੀਡ ਸੀਗੀ ਉਸ ਜਗ੍ਹਾ ਤੇ ਕਿ ਹਾਂ ਕਿ ਗਲਤੀ ਹੋ ਗਈ ਆ ਤੇ ਇਹ ਨਹੀਂ ਹੋਣੀ ਚਾਹੀਦੀ ਔਰ ਜੋ ਜੋ ਪ੍ਰਧਾਨ ਮੰਤਰੀ ਵੱਲੋਂ ਨਹੀਂ ਕੀਤਾ ਗਿਆ ਉਹਨਾਂ ਨੂੰ ਅਸਹਿਸ ਜਿਹੜਾ ਕਰਾਉਣਾ ਜ਼ਰੂਰੀ ਸੀਗਾ। ਸਰ ਸਾਡੀ ਗਲਤੀ ਹੈ ਵੀ ਨਹੀਂ ਫਿਰ ਵੀ ਅਸੀਂ ਝੁਕਣਾ ਪਸੰਦ ਕਰਦੇ ਹੈਗੇ। ਅਸੀਂ ਦਿੱਲੀ ਦੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਦਿੱਲੀ ਵਾਸਤੇ ਕਿ ਦਿੱਲੀ ਦੇ ਲੋਕਾਂ ਨੂੰ ਪ੍ਰੋਪਰ ਆਕਸੀਜਨ ਮਿਲੇ ਅਸੀਂ ਹਰ ਹੱਦ ਤੱਕ ਜਾਣੂ ਤਿਆਰ ਹੈ ਅਸੀਂ ਪੈਰੀ ਵੀ ਪੈਣੂ ਤਿਆਰ ਹੈ ਹੱਥ ਜੋੜਨੂ ਵੀ ਤਿਆਰ ਹੈ ਸਾਡੇ ਵਾਸਤੇ ਦਿੱਲੀ ਦੇ ਇੱਕ ਇੱਕ ਵਿਅਕਤੀ ਦੀ ਜਾਨ ਬਹੁਤ ਇੰਪੋਰਟੈਂਟ ਹੈ ਸਰ ਸਾਡਾ ਮਾਫੀ ਮੰਗਣਾ ਕੋਈ ਮੈਨਾ ਨਹੀਂ ਰੱਖਦਾ ਸਾਡਾ ਪ੍ਰਧਾਨ ਮੰਤਰੀ ਨੂੰ ਕਹਿਣਾ ਕਿ ਗਲਤੀ ਹੋ ਗਈ ਕੋਈ ਦਿੱਕਤ ਨਹੀਂ ਹੈ ਸਾਡੇ ਵਾਸਤੇ ਦਿੱਲੀ ਦਿੱਲੀ ਉਧਰ ਲੋਕ ਪੈਣਾ ਹੈਗੇ ਆ ਅਸੀਂ ਬਾਤ ਦੇ ਵਿੱਚ ਹੈਗੇ ਆ ਸਾਨੂੰ ਉਹ ਦਿਨਾਂ ਕੋਈ ਐਸਾ ਗਿਰ ਨਹੀਂ ਜਿਸ ਤਰ੍ਹਾਂ ਕਿ ਤਲਵਾਰ ਸਾਹਿਬ ਸਿੱਖ ਕੌਮ ਹਮੇਸ਼ਾ ਹੀ ਜਿਹੜਿਆ ਲੰਗਰਾਂ ਲਈ ਜਾਣੀ ਜਾਂਦੀ ਆ ਹਰ ਇੱਕ ਮਦਦ ਕਰਨ ਲਈ ਜਾਣੀ ਜਾਂਦੀ ਆ ਕਿਸੇ ਟਾਈਮ ਹੁੰਦਾ ਸੀਗਾ ਕਿ ਕੋਈ ਵੀ ਵਿਅਕਤੀ ਜਿਸ ਤਰ੍ਹਾਂ ਮਰਜੀ ਟਵੀਟ ਕਰ ਦਿੰਦਾ ਸੀਗਾ ਕਿਸਾਨੀ ਅੰਦੋਲਨ ਨੂੰ ਲੈ ਕੇ ਅਤਵਾਦ ਤੱਕ ਅਤਵਾਦੀਤਾ ਕਿਹਾ ਗਿਆ ਕੰਗਣਾ ਵੱਲੋਂ ਅੱਜ ਉਹਦਾ ਜਿਹੜਾ ਟਵਿੱਟਰ ਅਕਾਊਂਟ ਆ ਉਹਨੂੰ ਡਿਸਮਿਸ ਕਰ ਦਿੱਤਾ ਗਿਆ ਕਿਸ ਤਰ੍ਹਾਂ ਵੇਖਦੇ ਹੋ ਕਿ ਲੱਗਦਾ ਕਿ ਵਧੀਆ ਫੈਸਲਾ ਆ ਜੇਕਰ ਟਵਿੱਟਰ ਨੇ ਵੀ ਲਿੱਤਾ ਜਾਂ ਸਰਕਾਰਾਂ ਗਵਰਨਮੈਂਟ ਨੇ ਵੀ ਲਿੱਤਾ ਕਿ ਲੱਗਦਾ ਵਧੀਆ ਫੈਸਲਾ ਤਾਂ ਜੋ ਕਿ ਇਨਸਾਨਾਂ ਫਾਇਦ ਲੱਗੂ ਸਰਕਾਰ ਨੇ ਲਿੱਤਾ ਜਾਂ ਟਵਿੱਟਰ ਕੰਪਨੀ ਲਿੱਤਾ ਮੈਨੂ ਇਸ ਸਾਰੇ ਪੂਰੀ ਜਾਣਕਾਰੀ ਨਹੀਂ ਹੈ ਚੀਨੇ ਵੀ ਲਿੱਤਾ ਮੇਰੇ ਖਿਆਲ ਤੋਂ ਸਰਕਾਰ ਦਾ ਰੋਲ ਹੋਣਾ ਚਾਹੀਦਾ ਇਹਦੇ ਵਿੱਚ ਤਾਂ ਬਹੁਤ ਅੱਛਾ ਫੈਸਲਾ ਹੋਏਗਾ देर ਨਾਲ ਜਾਗੀ ਸਰਕਾਰ ਲੇਕਿਨ ਜਾਗੀ ਤੇ ਸਹੀ ਬੇਸ਼ੱਕ देर ਨਾਲ ਜਾਗੀ ਆਂ ਕੀ ਦੇਣਾ ਕਿ ਕਿਸਾਨ ਉਗਰਵਧੀ ਹੈ ਹਾਂ ਕਿਸਾਨ ਅਦਿਸ਼ਪਕਤ ਨਹੀਂ ਹੈ ਦੇਖੋ ਤੁਸੀਂ ਉਹਨਾਂ ਦੇ ਪਰਿਵਾਰ ਦੇ ਹਰ ਪਰਿਵਾਰ ਦੇ ਇੱਕ ਦੋ ਬੱਚੇ ਆਰਮੀ ਚ ਹੈ ਫੌਜ ਚ ਹੈ ਸੀਆਰਪੀਐਫ ਚ ਹੈ ਪੁਲਿਸ ਦੇ ਵਿੱਚ ਹੈ ਗਈ ਹੈ ਔਰ ਕਹਿ ਦੇਣਾ ਇਲਜ਼ਾਮ ਲਗਾ ਦੇਣਾ ਬਹੁਤ ਦਿਨ ਦੀ ਕੰਗਨਾ ਜੀ ਐਸਾ ਕਰ ਰਹੀ ਹੈਗੀ ਸੀ ਸਰਕਾਰ ਨੇ ਜੇ ਕੀਤਾ ਤਾਂ ਇਹਦੇ ਤੇ ਕਿਤੇ ਵਾਇਲੈਂਸ ਨਾ ਪੜਕੇ ਲੋਕ ਅਨਰੈਸਟ ਨਾ ਹੋਣ ਐਸ ਲਈ ਲੜਨਾ ਕਰੋਨਾ ਦੇ ਨਾਲ ਹੈ ਅਸਲ ਵਿੱਚ ਜੇ ਸਰਕਾਰ ਨੇ ਕਦਮ ਉਠਾਇਆ ਤੇ ਜਿਹੜੇ ਸਰਾਣਾ ਯੋਗ ਅਸੀਂ ਸਰਾਣਾ ਕਰਦੇ ਆਂ ਲੇਕਿਨ ਗੁਰਦੁਆਰੇ ਨੂੰ ਬੰਬਨਾ ਡਾਂ ਦੀ ਲੱਗਦਾ ਹੈ ਕਿ ਇਸ ਸਮੇਂ ਲੋਡ ਹੈਗੀ ਆ ਲੋਕੀ ਜਿਸ ਤਰ੍ਹਾਂ ਦੇ ਰਿਊਮਰਸ ਆ ਸਾਹਮਣੇ ਆ ਰਹੇ ਕਿ ਬੰਬਨਾ ਗੁਰਦੁਆਰੇ ਸਾਹਿਬ ਉਡਾਣ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਕਿ ਲੱਗਦਾ ਹੈ ਕਿ ਜੋ ਗਲਤ ਅਨਸਰ ਨੇ ਹਮੇਸ਼ਾ ਹੀ ਇਸ ਚੀਜ਼ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਵੀ ਕਰਦੇ ਨੇ ਸ਼ਾਇਦ ਪਟਨਾ ਸਾਹਿਬ ਤੱਕ ਕਿਸੇ ਹਨਾ ਹਾਂ ਜਿਨੇ ਵੀ ਐਸਾ ਕਰਨ ਦੀ ਧਮਕੀ ਦਿੱਤੀ ਹੈ ਸਰਕਾਰ ਨੂੰ ਮੈਂ ਕਹਾਂ ਸਤ ਸਤ ਐਕਚੁਅਲ ਲੈਣਾ ਚਾਹੀਦਾ ਹੈ ਔਰ ਇਨਕੁਆਰੀ ਵਧਾ ਦੇਣੀ ਚਾਹੀਦੀ ਹੈ ਉਹ ਵਿਅਕਤੀ ਬਖਸ਼ੇ ਨਹੀਂ ਜਾਣੇ ਚਾਹੀਦੇ ਜਿਹੜੇ ਗੁਰੂ ਘਰ ਵਾਸਤੇ ਐਸਾ ਸੋਚਦੇ ਹੈ ਐਸੇ ਕਰਨ ਦੀ ਧਮਕੀ ਦਿੰਦੀ ਹੈ ਸਾਰੂ ਉਤੇ ਜਿਹੜੇ ਵੀ ਖੁੜਚ ਵੜ ਜਾਣ ਹਿੰਦੁਸਤਾਨ ਦੀ ਇਹ ਜ਼ਮੀਨ ਦੀ ਜਿੱਥੇ ਵੀ ਖੁੜਚ ਵੜ ਜਾਣ ਉਹ ਨਿਕਾਲ ਲੈਣੇ ਚਾਹੀਦੇ ਗਵਰਨਮੈਂਟ ਨੂੰ ਕਿਆ ਲੱਗਦਾ ਸਭ ਤੋਂ ਸਖਤ ਸਦਾਉਣੀ ਚਾਹੀਦਾ ਕਿ ਜਿਹੜੇ ਸੀ ਮਮਤਾ ਬੇਨਰਜੀ ਵੱਲੋਂ ਉਹ ਮੱਥਾ ਟੇਕਣ ਗਏ ਸੀਗੇ ਕਿਆ ਲੱਗਦਾ ਉਸ ਤੋਂ ਬਾਅਦ ਜਾਣ ਕੇ ਜਿਹੜੀ ਇਹਨੂੰ ਅਲੱਗ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਬੰਬ ਨਾ ਉਡਾਉਣ ਦੀ ਧਮਕੀ ਜੇਕਰ ਦਿੱਤੀ ਜਾਵੇ ਕਿਉਂਕਿ ਕੱਲ ਹੀ ਉਹ ਮੱਥਾ ਟੇਕ ਆਏ ਸੀਗੇ ਉਹਨਾਂ ਨੇ ਬੋਲੇ ਸੋਨੇ ਹਰ ਦੇ ਜਿਹੜੇ ਸੀਗੇ ਜਗਾਰੇ ਵੀ ਉੱਥੇ ਲਗਾਏ ਸੀਗੇ ਕਿ ਲੱਗਦਾ ਇਸ ਕਰਕੇ ਤਨੀ ਕਿ ਜਾਣ ਕੇ ਕਮਿਊਨਿਟੀ ਨੂੰ ਵਾਪਸ ਚ ਲੜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋ ਸਕਦਾ ਹੈ ਹੋ ਸਕਦਾ ਹੈ ਇਹਦੇ ਪਿੱਛੇ ਇਹ ਕਾਰਨ ਵੀ ਹੋ ਸਕਦੇ ਲੇਕਿਨ ਮੈਂ ਪੱਕ ਜਿਨੇ ਵੀ ਐਸਾ ਸੋਚਿਆ ਜਿਨੇ ਵੀ ਐਸੀ ਕਰਨ ਦੀ ਜੁਰਰਤ ਕੀਤੀ ਹੈ ਸਰਕਾਰ ਦਾ ਫਰਜ ਹੈ ਸੈਂਟਰ ਗਵਰਨਮੈਂਟ ਦਾ ਫਰਜ ਹੈ ਉਹ ਵਿਅਕਤੀ ਸਾਹਮਣੇ ਆਨੇ ਚਾਹੀਦੇ ਹੋ ਸਖਤ ਤੋਂ ਸਖਤ ਸਜ਼ਾ ਇਸ ਬੰਦੇ ਨੂੰ ਬਖਸ਼ ਨਹੀਂ ਜਾਣੀ ਚਾਹੀਦੀ ਮੇਰਾ ਲਾਸਟ ਜੀ ਪੱਛਮ ਬੰਗਾਲ ਦੀ ਇਲੈਕਸ਼ਨ ਹੋਵੇ ਜਾਂ ਉਧਰ ਦੇ ਜਿਨੇ ਵੀ ਸਟੇਟ ਦੀ ਇਲੈਕਸ਼ਨ ਹੋਈ ਸੀਗੀਆਂ ਭਾਜਪਾ ਨੂੰ ਬਹੁਤ ਸੈਟਬੈਕ ਲੱਗਾ ਤੇ ਕਿਸ ਤਰ੍ਹਾਂ ਵੇਖਦੇ ਹੋ ਮਮਤਾ ਬੇਨਰਜੀ ਦੀ ਜਿੱਤ ਨੂੰ ਦੇਖੋ ਅਤੇ ਇਹਨਾਂ ਨੇ ਵੈਕਿਊਮ ਪੀਜੀਪੀ ਬਣਾ ਰਹੀ ਸੀ ਲੇਕਿਨ ਬਿਲਕੁਲ ਸਾਫ ਹੈਗਾ ਸੀ ਮੇਰੇ ਕੋ ਸਾਡੇ ਕੋਲ ਹੀ ਰਿਪੋਰਟਸ ਆ ਰਹੀਆਂ ਸੀ ਆ ਜੋ ਮੀਡੀਆ ਦੇ ਵਿੱਚ ਕੀ ਕਹਾਂ ਪੈਸਾ ਖਰਚ ਕੇ ਵਟ ਮੇ اور ਇੱਕ ਵੈਕਿਊਮ ਕ੍ਰੀਏਟ ਕਰ ਦਿੱਤਾ ਗਿਆ ਔਰ ਲੱਗਿਆ ਕਿ ਬਸ ਬੀਜਪੀ 200 ਪਲੱਸ ਜਾ ਰਹੀ ਹੈ ਲੇਕਿਨ ਅੰਡ ਗਰਾਉਂਡ ਹਕੀਕਤ ਕੁਛ ਹੋਰ ਸੀ ਜਿਹੜੀ ਬਿਲਕੁਲ ਸਾਹਮਣੇ ਆ ਗਈ ਕਿਉਂਕਿ ਉੱਥੋਂ ਦੇ ਲੋਕ ਮੰਮਤਾ ਨੇ ਬਹੁਤ ਕੰਮ ਕੀਤੇ ਜਿਸ ਤਰ੍ਹਾਂ ਅਰਵਿੰਦ ਜੀ ਕਰ ਰਹੇ ਹੈ ਦਿੱਲੀ ਵੈਸੇ ਵੀ ਮਮਤਾ ਜੀ ਅੱਛਾ ਕੰਮ ਕਰ ਰਹੀ ਹੈ ਬੰਗਾਲ ਦੇ ਵਿੱਚ ਲੋਕਾਂ ਵਾਸਤੇ ਅੱਛਾ ਕੰਮ ਕੀ ਕਰ ਰਹੀ ਹੈ ਤੇ ਲੋਕ ਕਿਉਂ ਛੋੜਨਗੇ ਦਿੱਲੀ ਦੇ ਲੋਕਾਂ ਨੇ ਅਰਵਿੰਦ ਨੂੰ ਨਹੀਂ ਛੋੜਿਆ ਕਿਉਂਕਿ ਅੱਛਾ ਕੰਮ ਕਰ ਰਹੇ ਸੀ ਤੇ ਮਮਤਾ ਨੂੰ ਵੀ ਤੀਸਰੀ ਵਾਰ ਉਹ ਲੈ ਕੇ ਆ ਗਏ ਮੁਬਾਰਕ ਦੇ ਪਾਤਰ ਹੈ ਆ ਪਾਰਟੀਆਂ ਕ੍ਰਿਮਨਲ ਪਾਰਟੀਆਂ ਦੰਗਾ ਕਰਕੇ ਵਿਵਾਜਨ ਕਰਕੇ ਹਿੰਦੂ ਮੁਸਲਮਾਨ ਦੇ ਵਿੱਚ ਜਿਸ ਮਰਜ਼ੀ ਕਰਦੇ ਰਹੇ ਅੱਜ ਕਿਉਂਕਿ ਅੱਜ ਪਬਲਿਕ ਜਾਗ ਗਈ ਹੈ ਅੱਜ ਯੂਥ ਜਾਗ ਗਿਆ ਹੈ ਅੱਜ ਸੋਸ਼ਲ ਮੀਡੀਆ ਜਾਗ ਗਿਆ ਹੈ ਹਰ ਵਿਅਕਤੀ ਨੂੰ ਸਮਝਦਾ ਹੁਣੋ ਜਮਾਨੇ ਲੱਗ ਗਏ ਤੁਸੀਂ ਧਰਮ ਦੇ ਆਧਾਰ ਤੇ ਵੋਟ ਲੈ ਸਕਦੇ ਹੋ ਸਰ ਨਹੀਂ ਤੁਸੀਂ ਹੁਣ ਹੀ ਦੇਖਿਆ ਦਿੱਲੀ ਦੇ ਯੂਪੀ ਇਲੈਕਸ਼ਨ ਹੋ ਰਹੇ ਹੈਗੇ ਅੱਜ ਕੀ ਪੋਜੀਸ਼ਨ ਹੈ ਹੁਣ ਮੈਂ ਦੇਖ ਰਿਹਾ ਸੀ ਸਮਾਜਵਾਦੀ ਪਾਰਟੀ ਪਹਿਲੀ ਵਾਰੀ ਬੀਜਪੀ ਤੋਂ ਹੁਣ ਅੱਗੇ ਹੈ ਹੈੱਡ ਹੈ ਕਾਸ਼ੀ ਹਾਰ ਰਹੀ ਹੈ ਪੰਚਾਇਤੀ ਇਲੈਕਸ਼ਨ ਮਥਰਾ ਹਾਰ ਰਹੀ ਹੈ ਬਨਾਰਸ ਹਾਰ ਰਹੀ ਹੈ ਆ ਲੋਕ ਹਾਰ ਰਹੇ ਗਏ ਔਰ ਪਹਿਲੀ ਵਾਰੀ ਹੋ ਰਹੀ ਇਸ ਤੋਂ ਵੱਡੀ ਗੱਲ ਦੱਸ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਜਾ ਰਹੀ ਹੈ ਯੂਪੀ ਦੇ ਵਿੱਚ ਅਸੀਂ 80 ਤੋਂ ਪਲੱਸ ਸੀਟਾਂ ਲੈ ਚੁੱਕੇ ਹੈਗੇ ਆ ਔਰ ਬਹੁਤ ਬੜੀ ਗੱਲ ਹੈ ਕਾਂਗਰਸ ਜਿੱਥੇ ਇੰਨੇ ਸਾਲ ਸਾਡੀ ਤਾਂ ਪਹਿਲੀ ਐਂਟਰੀ ਹੈਗੀ ਸੀ ਅਸੀਂ ਬਹੁਤ ਅੱਛਾ ਪ੍ਰਦਰਸ਼ਨ ਕੀਤਾ ਹੈਗਾ ਔਰ ਕਾਰਨ ਕਿ ਲੋਗ ਸਾਡੇ ਵੱਲ ਬਹੁਤ ਉਮੀਦ ਨਾਲ ਦੇਖਦੇ ਪਏ ਆ ਦਿੱਲੀ ਦੇਖ ਰਹੀ ਹੈ ਕਿ ਜੋ ਅਰਵਿੰਦ ਜੀ ਨੇ ਕੀ ਕਰ ਰਹੇਗੇ ਇੱਕ ਆਮ ਆਦਮੀ ਪਾਰਟੀ ਹੈ ਜਿਹੜੇ ਲੋਕਾਂ ਦਾ ਦਰ ਸਮਝ ਰਹੀ ਹੈ ਲੋਕਾਂ ਨਾਲ ਜੁੜੀ ਹੋਈ ਹੈ ਹੁਣ ਉਹਨਾਂ ਨੂੰ ਉਹ ਇੱਕੋ ਹੀ ਅਲਕਸ਼ ਹੈਗਾ ਕਿ ਸੇਵਾ ਕਰਨੀ ਹੈ ਸਾਡਾ ਹਰ ਐਮਐਲਏ ਸਾਡੇ ਚੀਫ ਮਿਨਿਸਟਰ ਸਭ ਰਾਤ ਦੇ ਨੀਂ ਸੋਚੇ ਲੱਗੇ ਆ ਕਿ ਅਸੀਂ ਲੋਕਾਂ ਦੀ ਕਿਵੇਂ ਸੇਵਾ ਕਰ ਸਕਦੇ ਆ ਮਨੁੱਖਤਾ ਦੀ ਕਿਦਾਈ ਸੇਵਾ ਕਰ ਸਕਦੇ ਆ ਸਾਡੇ ਚ ਉੱਚ ਨਹੀਂ ਹੈਗਾ ਕਿ ਅਸੀਂ ਬੀਜੇਪੀ ਹੈ ਕਾਂਗਰਸ ਹੈ ਲੇਕਿਨ ਜਿਸ ਲਈ ਇੱਕ ਵਿਅਕਤੀ ਸਟੇਟ ਦਾ ਸੀਐਮ ਬਣ ਜਾਂਦਾ ਹੈ ਯਾਦ ਕਰੋ ਜਾਂ ਐਮਐਲਏ ਬਣ ਜਾਂਦਾ ਹੈ ਉਹ ਪੂਰੇ ਕੰਸਟੀਟੂਐਂਸੀ ਦਾ ਹੁੰਦਾ ਹੈ ਸੀਐਮ ਪੂਰੇ ਸਟੇਟ ਦਾ ਹੁੰਦਾ ਹੈ ਅਸੀਂ ਆਹੀ ਮੈਸੇਜ ਸਾਰੇ ਦੇਸ਼ ਨੂੰ ਦੇਣਾ ਚਾ ਰਹੇ ਆ ਮੈਂ ਦੂਸਰੀ ਸਰਕਾਰਾਂ ਨੂੰ ਕਹਾਂਗਾ ਮੋਦੀ ਸਾਹਿਬ ਨੂੰ ਕਹਾਂਗਾ ਦਿੱਲੀ ਸਾਨੂੰ ਲੋੜ ਹੈ ਆਕਸੀਜਨ ਦੀ ਇਸ ਵੇਲੇ ਮੱਦੇਨਜ਼ਰ ਕਿ ਆਪ ਦੀ ਗਵਰਨਮੈਂਟ ਹੈ ਸਰ ਤੁਹਾਡੇ ਵੀ ਲੋਕ ਸਾਰੇ ਲੋਕ ਹੈ ਦਿੱਲੀ ਦੇ ਲੋਕ ਹੈ ਸਰ ਤੁਹਾਡਾ ਫਰਜ਼ ਬੰਦਾ ਹੈ ਸਾਨੂੰ ਉੱਥੇ ਇਸ ਵੇਲੇ 900 ਤੋਂ ਬੱਸ ਪਲੱਸ ਆਕਸੀਜਨ ਚਾਹੀਦੀ ਹੈ ਪਲੀਜ਼ ਹੁਣ ਜਲਦੀ ਤੋਂ ਜਲਦੀ ਪ੍ਰੋਵਾਈਡ ਕਰੋ ਨਹੀਂ ਤਾਂ ਬਹੁਤ ਵੱਡਾ ਸੈਂਟਰ ਗਵਰਨਮੈਂਟ ਦਾ ਫੇਲਿਅਰ ਹੈ ਦਿੱਲੀ ਲਾਸਟ ਕੁਐਸਚਨ ਮੇਰਾ ਜੀ ਪੰਜਾਬ ਦੇ ਮੁੱਖ ਮੰਤਰੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਹੀ ਮੈਸੇਜ ਦੇਣਾ ਚਾਹਾਂਗਾ ਜੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆਪਣੇ ਲੋਕਾਂ ਵਾਸਤੇ ਕੁਝ ਕਰ ਸਕਦੇ ਹੈ ਸਰ ਤੁਹਾਡੇ ਕੋਲ ਤਾਂ ਪੰਜਾਬ ਚ ਬਹੁਤ ਬੜੀ ਸਟੇਟ ਹੈ ਇੰਟਰਸਟੇਟ ਸਟੇਟ ਹੈ ਤੁਹਾਡੇ ਕੋਲ ਤਾਂ ਬਹੁਤ بڑے بڑے ਇੰਡਸਟਰੀਲਿਸ ਇੱਥੇ ਬੈਠੇ ਨੇ ਤੁਸੀਂ ਤੇ ਇੱਥੇ ਲੋਕਾਂ ਦੀ ਬਹੁਤ ਮਦਦ ਕਰ ਸਕਦੇ ਹੋ ਸਾਡੇ ਕੋਲ ਪੰਜਾਬ ਨਹੀਂ ਹੈ ਵਰਨਾ ਅਸੀਂ ਦਿੱਲੀ ਤੋਂ ਦੁਗਣਾ ਕਰਕੇ ਦਿਖਾ ਦਿੰਦੇ ਮੈਂ ਕੈਪਟਨ ਸਾਨੂੰ ਫੇਰ ਕਵਾਂਗਾ ਕਿ ਤੁਸੀਂ ਅੱਗੇ ਆਓ ਜਿੰਨਾ ਐਸਲੇ ਲੋਕਾਂ ਦੀ ਮਦਦ ਕਰ ਸਕੋ ਵੱਧ ਤੋਂ ਵੱਧ ਮਦਦ ਕਰੋ ਸੋ ਇਹ ਹਨ ਅਸ਼ੋਕ ਤਲਵਾਰ ਜੀ ਅਤੇ ਲਗਾਤਾਰ ਹੀ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਿਸ ਤਰ੍ਹਾਂ ਹੀ ਐਲਾਨ ਕੀਤੇ ਗਏ ਨੇ ਕਿਤਨਾ ਕਿਤੇ ਜਰੂਰ ਸਿਆਸਤ ਜਿਹੜੀ ਹੈ ਤੇ ਭਖਣੀ ਵੀ ਸ਼ੁਰੂ ਹੋ ਗਈ ਹੈ ਲੇਕਿਨ ਅ ਅਸ਼ੋਕ ਤਲਵਾਰ ਜੀ ਉਹਨਾਂ ਦਾ ਕਹਿਣਾ ਜੇਕਰ ਪੰਜਾਬ 'ਚ ਉਹਨਾਂ ਦੀ ਸਰਕਾਰ ਹੁੰਦੀ ਤੇ ਸ਼ਾਇਦ ਜੋ ਦਿੱਲੀ ਦੇ ਵਿੱਚ ਅਨਾਊਂਸਮੈਂਟਸ ਕੀਤੀਆਂ ਗਈਆਂ ਉਹਨਾਂ ਨੂੰ ਡਬਲ ਜਿਹੜੀ ਅਨਾਊਂਸਮੈਂਟ ਪੰਜਾਬ 'ਚ ਕੀਤੀ ਜਾਣੀ ਸੀਗੀ ਲੇਕਿਨ ਕਿਤਨਾ ਕਿਤੇ ਜੋ ਰਾਜ ਦਾ ਰਾਜਾ ਹੁੰਦਾ ਆ ਉਹਨੂੰ ਆਪਣੀ ਪ੍ਰਜਾ ਦਾ ਰਿਆਹ ਧਿਆਨ ਆ ਉਹ ਵੀ ਜਰੂਰ ਰੱਖਣਾ ਚਾਹੀਦਾ ਤਾਂ ਜੋ ਕਿ ਉਨ੍ਹਾਂ ਦੀ ਪ੍ਰਜਾ ਜਿਹੜੀ ਆ ਉਹ ਖੁਸ਼ਹਾਲ ਰਹਿ ਸਕੇ ਕੈਮਰਾਮੈਨ ਜੈਪ੍ਰੀ ਤੇ ਨਾਲ ਗੁਰਪ੍ਰੀਤ ਸਿੰਘ ਲਾਈਵ ਭਾਰਤ